ਹੈਲੋ ਫਰੈਂਡਸ, ਮੈਂ ਸੀ ਏ ਮੁਕੇਸ਼ ਗੇਰਾ। ਅੱਜ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਕਿ ਔਨਲਾਈਨ ਟੈਕਸ, ਜਿਹੜਾ ਪੰਜਾਬ ਡਿਵੈਲਪਮੈਂਟ ਟੈਕਸ ਹੈ, ਉਹਦਾ ਆਪਾਂ ਚਲਾਨ ਔਨਲਾਈਨ ਕਿਸ ਤਰ੍ਹਾਂ ਪੇ ਕਰਨਾ ਹੈ। ਉਸਨੂੰ ਪੇ ਕਰਨ ਦੇ ਲਈ ਸਾਨੂੰ ਪਹਿਲਾਂ ਆਪਾਂ ਗੂਗਲ ਦੇ ਵਿੱਚ ਜਾਣਾ। ਗੂਗਲ ਦੇ ਵਿੱਚ ਆਪਾਂ ਜੋ ਕਰਨਾ ਹੈ, ਉਹਦੇ ਵਿੱਚ ਸਾਈਬਰ ਟ੍ਰੇਅਰ ਪੰਜਾਬ ਇੱਕ ਸਾਈਟ ਹੈ ਜਿਹਨੂੰ ਆਪਾਂ ਕਲਿੱਕ ਕਰਨਾ ਹੈ, ਜਿਹਨੂੰ ਆਪਾਂ ਸਰਚ ਕਰਨਾ ਹੈ। ਸਰਚ ਕਰਨ ਤੋਂ ਬਾਅਦ ਉਹਨੂੰ ਆਪਾਂ ਕਲਿੱਕ ਕਰਨਾ ਹੈ। ਯੈਸ, ਜਦੋਂ ਇਹ ਵਿੰਡੋ ਆਪਾਂ ਕੋਲ ਆ ਜਾਏਗੀ, ਵਿੰਡੋ ਆਉਣ ਤੋਂ ਬਾਅਦ ਅਸੀਂ ਰਾਈਟ ਹੈਂਡ ਸਾਈਡ ਦੇ ਉੱਪਰ ਇੱਕ ਆਪਸ਼ਨ ਹੈ ਗੈਸਟ ਯੂਜਰ, ਅਸੀਂ ਉਹਨੂੰ ਕਲਿੱਕ ਕਰਨਾ ਹੈ। ਯੈਸ, ਉਸ ਤੋਂ ਬਾਅਦ ਜਦੋਂ ਇਹ ਵਿੰਡੋ ਨੈਕਸਟ ਓਪਨ ਹੋ ਗਈ ਹੈ, ਸਕਰੀਨ ਜੋ ਡਿਸਪਲੇ ਹੋ ਜਾਏਗੀ, ਉਹਦੇ ਵਿੱਚ ਆਪਾਂ ਡਿਪਾਰਟਮੈਂਟ ਨੇਮ ਹੈ ਜਿੱਥੋਂ ਆਪਾਂ ਸਿਲੈਕਟ ਕਰਨਾ ਹੈ, ਡਿਪਾਰਟਮੈਂਟ ਆਫ ਐਕਸਾਈਜ਼ ਐਂਡ ਟੈਕਸੇਸ਼ਨ, ਕਿਉਂਕਿ ਪੰਜਾਬ ਡਿਪਾਰਟਮੈਂਟ ਦੀ ਸਾਈਟ ਹੈ, ਪੰਜਾਬ ਗਵਰਨਮੈਂਟ ਟੈਕਸ ਹੈ ਜੋ ਅਸੀਂ ਪੇ ਕਰ ਰਹੇ ਹਾਂ, ਇਸ ਲਈ ਇਹਨੂੰ ਕਲਿੱਕ ਕਰ ਲੈਣਾ ਹੈ। ਇਸ ਨੂੰ ਕਲਿੱਕ ਕਰਨ ਤੋਂ ਬਾਅਦ ਦੈਨ ਅਸੀਂ ਮੇਜਰ ਹੈਡ ਜਿਹੜਾ ਕਿ 0028 ਅਦਰ ਟੈਕਸਿਸ ਔਨ ਇਨਕਮ ਐਂਡ ਐਕਸਪੈਂਸਿਸ ਆ, ਉਹਨੂੰ ਅਸੀਂ ਕਲਿੱਕ ਕਰਨਾ। ਇਹ ਆਪਸ਼ਨ ਹੋ ਗਈ। ਉਸ ਤੋਂ ਬਾਅਦ ਅਸੀਂ ਇੱਥੇ ਕਰਨਾ ਪੀ ਐਨ ਏਮ। ਕੋਈ ਵੀ ਕਲਾਇੰਟ ਹੈ ਜਾਂ ਕੋਈ ਵੀ ਪਰਸਨ ਹੈ ਜਿਹਨੇ ਇਹ ਟੈਕਸ ਪੇ ਕਰਨਾ ਹੈ, ਅਸੀਂ ਉਹਦਾ ਨੇਮ ਇੱਥੇ ਡਿਸਕ੍ਰਾਈਬ ਕਰਾਂਗੇ। ਉਸ ਤੋਂ ਬਾਅਦ ਸੈਕਿੰਡ ਆਪਸ਼ਨ ਜਿਹੜੀ ਸਾਡੇ ਕੋਲ ਹੈ, ਕੰਪਨੀ ਔਰਗਨਾਈਜੇਸ਼ਨ ਨੇਮ ਦੀ, ਇਹ ਆਪਸ਼ਨਲ ਆ। ਇਹਦੇ ਵਿੱਚ ਜੇ ਕੋਈ ਪ੍ਰੋਪਰਾਈਟਰ ਹੈ, ਪਾਰਟਨਰਸ਼ਿਪ ਫਰਮ ਹੈ ਜਾਂ ਕੋਈ ਟਰੱਸਟ ਹੈ, ਉਹ ਆਪਣਾ ਮੇਨ ਨੇਮ ਮੈਨਸ਼ਨ ਕਰਨਾ ਚਾਹੁੰਦਾ ਕਰ ਸਕਦਾ, ਅਦਰਵਾਈਜ਼ ਕੋਈ ਜ਼ਰੂਰਤ ਨਹੀਂ ਹੈ। ਦੈਨ ਐਡਰੈਸ, ਐਡਰੈਸ ਤੁਸੀਂ ਆਪਣਾ ਕਰਨਾ ਆ, ਜੋ ਵੀ ਹੈ, ਜੋ ਜਿੱਥੇ ਵੀ ਤੁਹਾਡਾ ਏਰੀਆ ਪੈਂਦਾ ਆ, ਉਹਨੂੰ ਆਪਣਾ ਉੱਥੇ ਐਕਸਪਲੇਨ ਕਰ ਦਿਓ, ਡਿਸਪਲੇ ਕਰ ਦਿਓ ਐਡਰੈਸ ਲਾਈਨ। ਸੈਕਿੰਡ, ਇਹ ਵੀ ਮੈਂਡੇਟਰੀ ਹੈ, ਨੀਅਰ ਬਾਏ ਏਰੀਆ ਆਪਣਾ ਜਿਹੜਾ ਹੈਗਾ ਉਹਨੂੰ ਸਿਲੈਕਟ ਕਰ ਲਓ। ਦੈਨ ਉਸ ਤੋਂ ਬਾਅਦ ਏਰੀਆ ਆ ਜਾਏਗਾ, ਏਰੀਆ 'ਚ ਤੁਸੀਂ ਆਪਣੀ ਸਿਟੀ ਵੀ ਕਰ ਸਕਦੇ ਹੈ, ਜਾਂ ਤੁਸੀਂ ਆਪਣਾ ਜੋ ਤੁਹਾਡਾ ਸਪੈਸੀਫਿਕ ਪੋਰਸ਼ਨ ਹੈਗਾ ਆ, ਲੋਕੈਲਿਟੀ ਹੈਗੀ ਆ, ਉਹਦਾ ਨੇਮ ਡਿਸਕ੍ਰਾਈਬ ਕਰ ਸਕਦੇ ਹਾਂ। ਉਸ ਤੋਂ ਬਾਅਦ ਏਰੀਆ ਦਾ ਪਿੰਨ ਕੋਡ, ਪਿੰਨ ਕੋਡ ਨੂੰ ਆਪਾਂ ਡਿਸਕ੍ਰਾਈਬ ਕਰਨਾ ਹੈ। ਪਿੰਨ ਕੋਡ ਤੋਂ ਬਾਅਦ ਫਿਰ ਡਿਸਟ੍ਰਿਕਟ, ਡਿਸਟ੍ਰਿਕਟ ਤੁਸੀਂ ਆਪਣੀ ਡਿਸਟ੍ਰਿਕਟ, ਸਪੋਜ਼ ਕਿਸੇ ਦੀ ਰੋਪੜ ਆ, ਮੁਕਤਸਰ ਆ, ਮੋਹਾਲੀ ਆ, ਦਿੱਲੀ, ਚੰਡੀਗੜ੍ਹ ਆ, ਬਰਨਾਲਾ ਹੈ, ਉਹ ਉਹਨੂੰ ਸਿਲੈਕਟ ਕਰੇਗਾ। ਉਸ ਤੋਂ ਬਾਅਦ ਤਹਿਸੀਲ, ਉਸ ਤੋਂ ਬਾਅਦ ਜੋ ਆਪਾਂ ਡਿਸਟ੍ਰਿਕਟ ਕੀਤੀ ਉਹਦੀ ਜੋ ਤਹਿਸੀਲ ਹੋਏਗੀ ਉਹਨੂੰ ਸਿਲੈਕਟ ਕਰਨਾ। ਤੁਸੀਂ ਆਪਣੀ ਤਹਿਸੀਲ ਸਿਲੈਕਟ ਕਰਨੀ ਹੈ, ਮੈਂ ਆਪਣੇ ਏਰੀਆ 'ਚ ਤਹਿਸੀਲ ਕਰ ਰਿਹਾ। ਉਸ ਤੋਂ ਬਾਅਦ ਈਮੇਲ ਆਈਡੀ ਆ, ਈਮੇਲ ਆਈਡੀ ਇੱਥੇ ਆਪਸ਼ਨਲ, ਲੇਕਿਨ ਮੈਂ ਇੱਥੇ ਜਿਹੜੀ ਮੇਰੀ ਈਮੇਲ ਆਈਡੀ ਹੈ, ਜਿਹੜੀ ਕਿ ਹੈਲਪਲਾਈਨ ਹੈਗੀ ਆ, ਤੁਸੀਂ ਉੱਥੇ ਮੈਨੂੰ ਕੋਈ ਕੁਐਸਚਨ ਪੁੱਛਣਾ ਹੈ, ਤੁਸੀਂ ਇਸ ਬਾਰੇ ਰੇਜ਼ ਕਰ ਸਕਦੇ ਹੈ, ਮੈਂ ਉਹ ਫੀਡ ਕਰ ਦਿੱਤੀ ਹੈ। ਫੋਨ ਨੰਬਰ ਇੱਥੇ ਲੈਂਡਲਾਈਨ ਹੈ, ਉਹ ਤੁਹਾਡੇ ਕੋਲ ਆਪਸ਼ਨਸ ਹੈਗੀ ਆ। ਦੈਨ ਜਿਸੇ ਮੋਬਾਈਲ ਨੰਬਰ, ਮੈਂ ਇੱਥੇ ਮੋਬਾਈਲ ਨੰਬਰ ਜਿਹੜਾ ਹੋਇਆ ਹੈਲਪਲਾਈਨ ਦਾ ਪਾ ਰਹੇ ਹਾਂ ਆਪਣਾ, ਤੁਸੀਂ ਇਹਨੂੰ ਇੱਥੇ ਨੋਟ ਵੀ ਕਰ ਸਕਦੇ ਹੈ। ਦੈਨ ਉਸ ਤੋਂ ਬਾਅਦ ਆਪਣੀ ਅਗਲੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਪੇਮੈਂਟ ਮੋਡ। ਆਪਾਂ ਕੋਲ 3 ਤਰ੍ਹਾਂ ਦੀ ਇੱਥੇ ਪੇਮੈਂਟ ਮੋਡ ਨੂੰ ਡਿਸਕ੍ਰਾਈਬ ਕਰ ਰਿਹਾ, ਔਨਲਾਈਨ ਕਰ ਰਿਹਾ, ਅਦਰ ਬੈਂਕਸ ਔਫਲਾਈਨ ਕਰ ਰਿਹਾ। ਅਸੀਂ ਇਹਨੂੰ ਕਲਿੱਕ ਕਰ ਸਕਦੇ ਹਾਂ, ਸਾਡੇ ਕੋਲ ਬਾਕੀ ਬੈਂਕ ਦੀ ਆਪਸ਼ਨਸ ਆ ਜਾਏਗੀ, ਕਿੱਥੇ ਕਿੱਥੇ ਜਮ੍ਹਾਂ ਹੋਣਾ ਹੈ, ਐਕਸਿਸ ਬੈਂਕ, HDFC, ਸੈਂਟਰਲ ਬੈਂਕ, IDBI। ਦੈਨ ਅਦਰਵਾਈਜ਼ ਉਸ ਤੋਂ ਬਾਅਦ ਸਾਡੇ ਕੋਲ ਹੈ SBI ਆਫਲਾਈਨ, ਜੇ ਅਸੀਂ ਸਟੇਟ ਬੈਂਕ ਆਫ ਇੰਡੀਆ ਦੀ ਆਫਲਾਈਨ ਚਲਾਨ ਪ੍ਰਿੰਟ ਕਰਨਾ, ਉਹ ਵੀ ਆਪਸ਼ਨਸ ਹੈ। ਲੇਕਿਨ ਕਿਉਂਕਿ ਆਪਾਂ ਇਸ ਟੋਪਿਕ ਦੀ ਅੱਜ ਗੱਲ ਕਰ ਰਹੇ ਹਾਂ SBI ਔਨਲਾਈਨ ਦੀ, ਦੈਨ ਆਪਾਂ ਔਨਲਾਈਨ ਨੂੰ ਕਲਿੱਕ ਕਰਾਂਗੇ। ਔਨਲਾਈਨ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਵਿੰਡੋ ਹੋਰ ਓਪਨ ਹੋ ਗਈ ਹੈ, ਜਿਹਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਹਾਂ। ਦੇਖੋ, ਉੱਥੇ ਸਭ ਤੋਂ ਪਹਿਲਾਂ ਡਿਸਕ੍ਰਾਈਬ ਕੀਤਾ ਹੋਇਆ ਰਿਸਿਪਟ ਅੰਦਰ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ। ਇੱਥੋਂ ਇਹ ਕਨਫਰਮ ਹੋ ਗਿਆ ਕਿ ਅਸੀਂ ਜਿਹੜਾ ਟੈਕਸ ਪੇ ਕਰ ਰਹੇ ਹਾਂ, ਇਹ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਪੇ ਕਰ ਰਹੇ ਹਾਂ। ਉਸ ਤੋਂ ਬਾਅਦ ਡਿਸਟ੍ਰਿਕਟ, ਕਿਉਂਕਿ ਸਾਡਾ ਜਿਹੜਾ ਪੰਜਾਬ ਆ, ਉਹਦਾ ਜਿਹੜਾ ਹੈੱਡ ਆਫਿਸ ਆ ਪਟਿਆਲਾ ਆ, ਇਸ ਲਈ ਜਿਸਨੇ ਵੀ ਇਹ ਪੇ ਕਰਨਾ ਆ, ਉਹਨੇ ਪਟਿਆਲਾ ਹੀ ਇਹਨੂੰ ਸਿਲੈਕਟ ਕਰਨਾ ਆ। ਪਟਿਆਲਾ ਤੋਂ ਬਾਅਦ ਦੈਨ ਤਹਿਸੀਲ ਨੂੰ ਆਪਾਂ ਡ੍ਰੌਪ ਕਰ ਦੇਣਾ ਹੈ, ਅਥਾਰਟੀ ਆਫਿਸ ਨੇਮ ਜਾਣਾ, ਜਿੱਥੇ ਅਸੀਂ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਪਟਿਆਲਾ ਨੂੰ ਅਸੀਂ ਪੇਮੈਂਟ ਕਰ ਰਹੇ ਹਾਂ, ਉਹਨੂੰ ਕਲਿੱਕ ਕਰਨਾ ਹੈ ਜਾਂ ਸਿਲੈਕਟ ਕਰਨਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਅਮਾਊਂਟ ਦੀ, ਅਮਾਊਂਟ ਪਰ ਪਰਸਨ ਪਰ ਈਅਰ, ਕਿਉਂਕਿ ਇਹ ਜਿਹੜੀ ਪੰਜਾਬ ਡਿਵੈਲਪਮੈਂਟ ਟੈਕਸ ਹੈ, ਇਹਦੀ ਨੋਟੀਫਿਕੇਸ਼ਨ ਜਿਹੜੀ ਸੀਗੀ ਉਹ ਨੀਅਰ ਅਬਾਊਟ 19 ਅਪ੍ਰੈਲ 2018 ਨੂੰ ਆਈ ਸੀ, ਇਸ ਲਈ ਜਿਹੜੀ ਇਹਦੀ ਕੈਲਕੂਲੇਸ਼ਨ ਆ ਉਹ 2280 ਰੁਪਏ ਬਣਦੀ ਹੈ ਪਰ ਪਰਸਨ। ਅਗਰ ਕਿਸੇ ਨੇ 2% ਦਾ ਜਮ੍ਹਾਂ ਕਰਵਾਉਣਾ ਹੈ ਤਾਂ ਇਹਨੂੰ ਕੈਲਕੂਲੇਟ ਕਰ ਲਿਆ 2 ਦੇ ਨਾਲ, ਠੀਕ ਹੈ। ਉਸ ਤੋਂ ਬਾਅਦ ਅਸੀਂ ਅੱਗੇ ਕਲੀਅਰ ਹੋਣ ਤੋਂ ਬਾਅਦ ਇਹਨੂੰ ਕਨਫਰਮ ਕਰਨਾ ਹੈ। ਜਦ ਅਸੀਂ ਇਹਨੂੰ ਕਨਫਰਮ ਕਰ ਦਿੱਤਾ, ਦੈਨ ਉਸ ਤੋਂ ਬਾਅਦ ਸਾਡੇ ਕੋਲ ਇੱਕ ਆਪਸ਼ਨ ਜਿਹੜੀ ਐਕਟੀਵੇਟ ਹੋ ਜਾਏਗੀ, ਉਹ ਸਬਮਿਟ ਆਪਸ਼ਨ ਐਕਟੀਵੇਟ ਹੋ ਜਾਏਗੀ। ਸਬਮਿਟ ਕਰਨ ਤੋਂ ਬਾਅਦ ਇਹ ਸਾਨੂੰ ਉੱਥੇ ਲੈ ਜਾਏਗਾ ਪੋਰਟਲ ਦੇ ਉੱਪਰ, ਪੋਰਟਲ ਦੇ ਉੱਪਰ ਜਾ ਕੇ ਤੁਸੀਂ ਟੈਕਸ ਪੇ ਕਰ ਦੇਣਾ ਹੈ। ਨੈੱਟ ਬੈਂਕਿੰਗ ਪੋਰਟਲ ਆ ਜਾਏਗੀ SBI ਦੀ, ਤੁਸੀਂ ਉੱਥੇ ਟੈਕਸ ਪੇ ਕਰਕੇ ਤੁਹਾਨੂੰ ਚਲਾਨ ਆ ਜਾਏਗਾ। ਉਹ ਚਲਾਨ ਤਾਂ ਤੁਸੀਂ ਜਿਹੜੀ PDF ਫਾਈਲ ਹੈ ਉਹ ਪ੍ਰਿੰਟ ਆਊਟ ਲੈ ਸਕਦੇ ਹੈ, ਔਰ ਜਿਹੜੀ ਆਪਣੀ ਰਿਟਰਨ ਭਰਨੀ ਹੈ ਪੰਜਾਬ ਡਿਵੈਲਪਮੈਂਟ ਟੈਕਸ ਦੀ, ਇਹ ਜਿਹੜੀ PDF ਫਾਈਲ ਤੁਸੀਂ ਲਈ ਉੱਥੇ ਸਬਮਿਟ ਹੋਏਗੀ। ਔਰ ਉਸ ਤੋਂ ਬਾਅਦ ਅਗਰ ਤੁਸੀਂ ਕੋਈ ਹੋਰ ਜਾਣਕਾਰੀ ਚਾਹੁੰਦੇ ਹੈ ਇਸ ਪੰਜਾਬ ਡਿਵੈਲਪਮੈਂਟ ਟੈਕਸ ਦੀ ਜਾਂ ਕਿਸੇ ਵੀ ਟੈਕਸੇਸ਼ਨ ਦੀ, ਤੁਸੀਂ ਮੇਰਾ ਜਿਹੜਾ ਚੈਨਲ ਹੈ YouTube ਦਾ, ਉਹਨੂੰ ਸਬਸਕ੍ਰਾਈਬ ਕਰ ਸਕਦੇ ਹੈ। ਮੇਰੇ YouTube ਜਿਹੜਾ ਚੈਨਲ ਹੈ ਉਹਦਾ ਨੇਮ ਹੈਗਾ ਟੈਕਸ ਟਾਕ ਵਿਦ ਐਕਸਪਰਟ। ਯੈਸ, ਇੱਥੋਂ ਸਬਸਕ੍ਰਾਈਬ ਕਰ ਸਕਦੇ ਹਾਂ, ਨਾਲ ਬੈਲ ਦਾ ਆਈਕਨ ਹੈ, ਇਹਨੂੰ ਵੀ ਤੁਸੀਂ ਕਰੋ। ਜਿੰਨੀਆਂ ਮੇਰੀਆਂ ਵੀਡੀਓਸ ਆਉਣਗੀਆਂ, ਜੋ ਕੋਈ ਡਿਸਕ੍ਰਿਪਸ਼ਨ ਜਾਂ ਇਨਫੋਰਮੇਸ਼ਨਸ ਆਏਗੀ, ਉਹ ਤੁਹਾਡੇ ਕੋਲ ਆਟੋਮੈਟਿਕ ਸਿਲੈਕਟ ਹੋ ਜਾਏਗੀ। ਯੈਸ, ਉਸ ਤੋਂ ਬਾਅਦ ਅਗਰ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ, ਦੈਨ ਤੁਸੀਂ ਇੱਕ ਮੇਰੇ CA ਮੁਕੇਸ਼ ਗੇਰਾ ਦੇ ਨਾਮ 'ਤੇ ਵੀ ਸਰਚ ਕਰ ਸਕਦੇ ਹਾਂ।
ਜਾਂ ਤੁਸੀਂ ਇਸ ਤਰ੍ਹਾਂ ਕਰੋਗੇ ਜਿੰਨੇ ਮੇਰੇ ਵੀਡੀਓਸ ਹੈਗੇ ਆ ਜਾਂ ਆਲਰੇਡੀ ਮੇਰੇ ਕੋਲ ਇਨਫੋਰਮੇਸ਼ਨਸ ਹੈਗੀ ਆ ਤੁਸੀਂ ਉਹਨੂੰ ਵੀ ਕਲਿੱਕ ਕਰ ਸਕਦੇ ਉਹਨੂੰ ਚੈੱਕ ਕਰ ਸਕਦੇ ਹਾਂ ਓਕੇ ਥੈਂਕਸ ਅ ਲੋਟ ਥੈਂਕ ਯੂ